ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਤਸੰਗ ਜੀਓ ਚੌਪਈ ਸਾਬ ਦੀ ਬਾਣੀ ਹਮਰੀ ਕੋ ਰੋ ਹਾਥ ਦੇ ਰੱਛਾ ਇੱਕ ਐਸੀ ਜੋ ਪ੍ਰਕਾਸ਼ ਹੋਈ ਬਾਣੀ ਕਲਗੀਧਰ ਮਹਾਰਾਜ ਦੇ ਮੁਬਾਰਕ ਮੁਖਾਰਵੰਦ ਅੰਦਰੋਂ ਇਹਦੀ ਜਿੰਨੀ ਵੀ ਆਪਾਂ ਇਸ ਗਰਵਾਣੀ ਦੀ ਗਹਿਰਾਈ ਨੂੰ ਦੇਖਣਾ ਚਾਹੀਏ ਇਹ ਅਗਾਧ ਬੋਧ ਬਾਣੀ ਹੈ ਭਾਵ ਕੀ ਹੈ ਕਿ ਇਸ ਬਾਣੀ ਦੇ ਫਲ ਇੰਨੇ ਭਾਰੇ ਆ ਕਿ ਮਨੁੱਖ ਪ੍ਰਾਣੀ ਕਦੀ ਆਪਣੀ ਜ਼ਿੰਦਗੀ ਦੀ ਸੋਚ ਦੇ ਵਿੱਚ ਕਲਪਨਾ ਵੀ ਨਹੀਂ ਕਰ ਸਕਦਾ ਕਿਉਂ ਮਹਾਰਜ ਨੇ ਕਿਹਾ ਹੈ ਕਿ ਕਿਲਵਕ ਸકલ ਦੇ ਕੋ ਹਰਤਾ ਗੁਸ਼ਟ ਦੁਖਿਨ ਕੋ ਸ਼ੈ ਕਰਤਾ ਤੇ ਇਥੋਂ ਤੱਕ ਵੀ ਕਿ ਆ ਕਹਿੰਦੇ ਮਨ ਵਸਤ ਪਲ ਪਾਵੇ ਸੋਈ ਦੁਖ ਨਤ ਸੇ ਵਿਆਪਤ ਕੋਈ ਫਿਰ ਇੱਥੇ ਹੀ ਨਹੀਂ ਇਹਦੇ ਇੰਨੇ ਫਾਲ ਦੱਸੇ ਕਹਿੰਦੇ ਸੋਨੇ ਗੰਗ ਜੋ ਜਾਏ ਸੁਰਸਨਾ ਪਾਬੀ ਸੋਨੇ ਮੂੜ ਜਿਤਲਾਈ ਚਤਰਤਾ ਆਵੇ ਫਿਰ ਅੱਗੇ ਮਹਾਰਾਜ ਕਹਿੰਦੇ ਕਿੰਦੇ ਦੁਖ ਦਰਦ ਪਉ ਨਿਕਟਣਾ ਤੇ ਨਰਕੇ ਰਹੇ ਹੋ ਜੋ ਜਾਂ ਕਿ ਇੱਕ ਵਾਰ ਚੋਪਈ ਕੋ ਇਹ ਪਉ ਕੀ ਹੈ ਇਸ ਬਾਣੀ ਦਾ ਇੰਨਾ ਫਾਲ ਕਲਗੀਧਰ ਮਹਾਰਾਜ ਨੇ ਦੱਸਿਆ ਹੈਗਾ कि ਜਿਹੜੇ ਗੁਰਸਿੱਖ ਹਮਰੀ ਕੋ ਰੋ ਖਾਤ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਇਹ ਬਾਣੀ ਪੜਦੇ ਹਨ ਬਸ ਇਦਾਂ ਕਹਿ ਲੋ ਕਿ ਇਹ ਦਾ ਫਲ ਕਲਪਨਾ ਤੋਂ ਵੀ ਪਰੇ ਹੈ ਸੋ ਆਓ ਅੱਜ ਆਪਾਂ ਇਸ ਗੁਰਬਾਣੀ ਦਾ ਇੱਕ ਜੋ ਜਤਰਾ ਦੇ ਦੌਰਾਨ ਪੜਨਾ ਤੇ ਇਹਦੇ ਜੋ ਫਲ ਵਾ ਉਹਨਾਂ ਦੇ ਜੋ ਸਿੱਟੇ ਨਿਕਲਦੇ ਆ ਦੇਖ ਕੇ ਜਿਹੜੀ ਅਕਲ ਉਹ 당ਗ ਰਹਿ ਜਾਂਦੀ ਹੈ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਯਾਤਰਾ ਤੋਂ ਪਹਿਲਾਂ ਹਨ ਜਿਹੜੇ ਗੁਰਸਿੱਖ ਇਸ ਬਾਣੀ ਨੂੰ ਪੰਜ ਵਾਰ ਨੇਮਣਾ ਪੜ੍ਹ ਕੇ ਅਰਦਾਸ ਬੇਨਤੀ ਕਰਕੇ ਤੁਰਦੇ ਆ ਉਹਨਾਂ ਦੀ ਯਾਤਰਾ ਦੇ ਵਿੱਚ ਕੋਈ ਬਿਗਨ ਨਹੀਂ ਆਉਂਦਾ ਇਹ ਇੱਕ ਮੰਨੀ ਪਰਮੰਨੀ ਸਚਾਈ ਹੈ ਕਿਉਂਕਿ ਇਹ ਜੋ ਬਾਣੀ ਹੈ ਨਾ ਇਹ ਆਪ ਅਰਦਾਸ ਰੂਪ ਹੈ ਤੇ ਇਹ ਬਾਣੀ ਪੰਡ ਵਾਲੇ ਦੀ ਜਿਹੜੀ ਰੱਖਿਆ ਹੈ ਇਹ ਕੱਲ੍ਹ ਕੀ ਧਰਮ ਮਹਾਰਾਜ ਤੇ ਉਹਦੀਆਂ ਸ਼ਹੀਦੀ ਫੌਜਾਂ ਆਪ ਕਰਦੀਆਂ ਜਿਹੜੇ ਗੁਰਸਿੱਖ ਨਾਮ ਤੇ ਵਿਸ਼ਵਾਸ ਦੇ ਨਾਲ ਇਹ ਬਾਣੀ ਪੜ੍ਹਦੇ ਜਾ ਤੇ ਉਹਨਾਂ ਦੀ ਜਿਹੜੀ ਮਿਹਰ ਹੈ ਕਲਗੀਧਰਮਰਜ ਦੀ ਉਹਨਾਂ ਦੇ ਉੱਪਰ ਉਹ ਬਹੁਤ ਜ਼ਿਆਦਾ ਭਾਰੀ ਬਣ ਜਾਂਦੀ ਆ ਜਿਵੇਂ ਪੰਥ ਦੇ ਜੋ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਗੁਰਕਬਾਦ ਸਿੰਘ ਉਹਨਾਂ ਨੇ ਵੀ ਆਪਣਾ ਇੱਕ ਪ੍ਰੈਕਟੀਕਲ ਇਹਦੇ ਤੇ ਦੱਸਿਆ ਸੀ ਕਿ ਜਦੋਂ ਉਹ ਇੱਕ ਵਾਰ ਮਲੇਸ਼ੀਆ ਗਏ ਸੀ ਤਾਂ ਉਹਨਾਂ ਦੇ ਪ੍ਰਚਾਰ ਦੇ ਸਮੇਂ ਉਹਨਾਂ ਦੀ ਜਿਹੜੀ ਗੱਡੀ ਸੀਗੀ ਜਿਹਦੇ ਵਿੱਚ ਪੰਜ ਸਿੰਘ ਬੈਠੇ ਹੋਏ ਸੀ ਉਹ ਇੱਕ ਜਾਮ ਦੇ ਵਿੱਚ ਫਸ ਗਈ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਜਾਮ ਹੈ ਇਹ ਇੰਨਾ ਲੰਮਾ ਹੈਗਾ ਕਿ ਇੱਥੋਂ ਨਿਕਲਣਾ ਬੜਾ ਮੁਸ਼ਕਲ ਹੈ ਪਰ ਜੇ ਇਸ ਗੁਰਦਾਰੇ ਸਾਹਿਬ ਦੇ ਅੰਦਰ ਉਹਨਾਂ ਨੇ ਆਪਣਾ ਜੋ ਡਿਊਟੀ ਕਰਨੀ ਸੀਗੀ ਉਹਦੇ ਤੋਂ ਕਿਤੇ ਲੇਟ ਨਾ ਹੋ ਜਾਵੇ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਵਿਚਾਨੀ ਹੋਣੀ ਜ਼ਰੂਰੀ ਸੀ ਫਿਰ ਦੇਖੋ ਕੁਦਰਤੀ ਉਹਨਾਂ ਦੇ ਮਨ ਦੇ ਵਿੱਚ ਜੋ ਫੁਰਨਾ ਭਾਈ ਸਾਹਿਬ ਜੀ ਦੇ ਬਣਿਆ ਸੀਗਾ ਜੋ ਉਹਨਾਂ ਨੇ ਨਾਲ ਦੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਹਰ ਇੱਕ ਸਿੰਘ ਪੰਜ-ਪੰਜ ਪਾਠ ਚੌਪਈ ਸਾਹਿਬ ਦੇ ਕਰੋ। ਜਿਉਂ ਹੀ ਦੇਖੋ ਨਾ ਪੰਜ-ਪੰਜ ਸਭ ਚੌਪਈ ਸਾਹਿਬ ਦੇ ਕਰਨੇ ਸ਼ੁਰੂ ਕਰਦੇ ਤੇ ਤੋਂ ਭਾਈ ਸਾਹਿਬ ਖੁਦ ਵੀ ਦੱਸਦੇ ਸਗੇ ਕਹਿੰਦੇ ਵੀ ਪਿੱਛੋਂ ਇੱਕ ਗੱਡੀ ਜਿਹੜੀ ਸੀਗੀ ਉਹ ਐਂਬੂਲੈਂਸ ਆਈ। ਉਹ ਜੋ ਐਂਬੂਲੈਂਸ ਆਈ ਆ ਤੇ ਉਹ ਐਂਬੂਲੈਂਸ ਦੇ ਪਿੱਛੇ ਹੀ ਜਿਹੜੀ ਉਹਨਾਂ ਨੇ ਗੱਡੀ ਜਿਹੜੀ ਤੋੜ ਦਿੱਤੀ ਸੀ। ਤੇ ਜਿਹੜੇ ਸੀ ਉਹ 5-10 ਮਿੰਟ ਪਹਿਲਾਂ ਠੀਕ ਗੁਰਦਾਰ ਸਾਹਿਬ ਹੈਨ ਪੂਰੇ ਟਾਈਮ ਦੇ ਨਾਲ ਪਹੁੰਚੇ ਗਏ ਸਕੇ ਇਹ ਚੋਪਈ ਸਬ ਦੀ ਬਾਣੀ ਦੀ ਜਿਹੜੀ ਮਹਿਮਾ ਹਨ ਇਹ ਇੰਨੀ ਭਾਰੀ ਹੈ ਕਿ ਯਾਤਰਾ ਦੇ ਦੌਰਾਨ ਜਦੋਂ ਵੀ ਕੋਈ ਆਦਮੀ ਫਸ ਜਾਂਦਾ ਹੈਗਾ ਉਸ ਟਾਈਮ ਚੋਪਈ ਸਬ ਦੇ ਅਗਰ ਕੋਈ ਪਾਠ ਕਰੇ ਤਾਂ ਉਹਨੂੰ ਜਿਹੜਾ ਵਾਹਿਗੁਰੂ ਹੈ ਉਹ ਆਪ ਹੀ ਰਸਤਾ ਦਿਖਾ ਦਿੰਦਾ ਹੈ ਜਿਵੇਂ ਇਸ ਤਰ੍ਹਾਂ ਦੇ ਨੇਕਾ ਪ੍ਰਮਾਣ ਜਿਹੜੇ ਆ ਉਹ ਗੁਰਸਖਾਂ ਦੇ ਦਾਸ ਨੂੰ ਵੈਸੇ ਵੀ ਮਿਲਦੇ ਰਹਿੰਦੇ ਆ ਫੋਨਾਂ ਦੇ ਉੱਤੇ ਤੇ ਇੱਕ ਬੀਬੀ ਦਾਸ ਦੇ ਨਾਲ ਇਹ ਬਚਨ ਸਾਂਝਾ ਕਰਦੀ ਸੀ ਕਿ ਇੱਕ ਵਾਰ ਉਹ ਜਦੋਂ ਹੇਮਕੁੰਡ ਸਾਹਿਬ ਗਏ ਸੀਗੇ ਯਾਤਰਾ ਦੇ ਦੌਰਾਨ ਤੇ ਉਹਨਾਂ ਨੇ ਕਰ ਫੈਸਲਾ ਕੀਤਾ ਸੀਗਾ ਕਿ ਉਹ 2 ਦਿਨ ਜ਼ਿਆਦਾ ਜਿਹੜੇ ਨੇ ਐਕਸਟਰਾ ਉੱਥੇ ਬਤਾਉਣਗੇ ਪਰ ਦੇਖੋ ਵਾਹਿਗੁਰੂ ਜੀ ਕੋਈ ਖੇੜ ਹੀ ਇਸ ਤਰ੍ਹਾਂ ਦੀ ਬਣੀ ਹੈ ਕਿ ਜਦੋਂ ਉਹ ਉੱਪਰ ਹੇਮਕੁੰਡ ਸਾਹਿਬ ਦੇ ਉੱਤੇ ਪੂਰਾ ਆਪਣਾ ਮੱਥਾ ਟੇਕੇ ਇਸ਼ਨਾਨ ਪਾਣੀ ਕਰਕੇ ਜਦ ਬਾਅਦ ਸਵਾਏ ਤੇ ਰਸਤੇ ਦੇ ਵਿੱਚ ਫਿਰ ਜਿਹੜੇ ਸੀ ਉਹ ਰਸਤੇ ਬਲੌਕ ਹੋ ਗਏ ਸੀ ਜਦ ਰਸਤੇ ਬਲੌਕ ਹੋਏ ਸੀ ਤਾਂ ਬੀਬੀ ਜੀ ਕਹਿੰਦੇ ਸੀਗੇ ਕਿ ਅਸੀਂ ਜਿਹੜੇ ਸੀ ਉਹ ਸਟੈਮ ਸੋਮਾ ਦੇ ਵਿੱਚ ਬੈਠੇ ਸੀਗੇ ਜਿਉਂ ਰਸਤੇ ਬਲੌਕ ਹੋਏ ਤੇ ਅਸੀਂ ਉਸ ਰਸਤੇ ਦੇ ਵਿੱਚ ਬਲੌਕ ਹੁਣ ਕਰਕੇ ਕਿਉਂਕਿ ਪਹਾੜੀ ਦੇ ਉੱਪਰੋਂ ਰਸਤੇ ਦੇ ਵਿੱਚ ਪੱਥਰ ਵੀ ਡੇਗ ਰਹੇ ਸੀਗੇ ਤੇ ਇਸ ਕਰਕੇ ਖਤਰਾ ਜਿਹੜਾ ਸੀ ਉਹ ਪੂਰਾ ਬਣ ਗਿਆ ਸੀਗਾ ਤੇ ਜਿੱਥੇ ਕਿੰਡੇ ਉਹ ਅਸੀਂ ਇਸ ਬ੍ਰੋਕ ਹੋਏ ਰਸਤਿਆਂ ਦੇ ਵਿੱਚ ਘਿਰ ਗਏ ਸੀ ਉੱਥੇ ਬਾਕੀ ਸੰਗਤ ਜਿਹੜੀ ਸੀ ਉਹ ਵੀ ਕਰ ਗਈ ਸੀ ਸੋ ਕਿੰਡੇ ਇੱਕ ਦਿਨ ਤਾਂ ਦੋ ਦਿਨ ਅਸੀਂ ਜਿਹੜੇ ਸੀ ਇੱਕ ਦਿਨ ਇੱਕ ਰਾਤ ਜਿਹੜੇ ਸੀ ਉਸ ਸੋਮੋ ਦੇ ਵਿੱਚ ਬੈਠੇ ਰਹੇ ਕਿਉਂਕਿ ਜਿਹੜੇ ਪਹਿਰੇਦਾਰ ਸੀ ਉਹਨੇ ਕਹਿ ਦਿੱਤਾ ਸੀਗਾ ਕਿ ਜਿਹੜੇ ਜੋ ਵੀ ਯਾਤਰੂ ਗੱਡੀਆਂ ਦੇ ਵਿੱਚ ਹੈਗੇ ਉਹ ਗੱਡੀਆਂ ਤੋਂ ਬਾਹਰ ਨਾ ਆਉਣ ਕਿਉਂਕਿ ਪਹਾੜੀਆਂ ਦੇ ਉੱਪਰ ਜਿਹੜੇ ਆ ਉਹ ਪੱਥਰ ਆ ਉਹ ਰਸਤਿਆਂ 'ਚ ਡਿੱਗ ਸਕਦੇ ਆ ਤੇ ਕੋਈ ਵੀ ਹਾਸਾ ਜਿਹੜਾ ਹੈ ਉਹ ਹੋ ਸਕਦਾ ਹੈ ਇਸ ਕਰਕੇ ਜਿੱਥੇ-ਜਿੱਥੇ ਵੀ ਗੱਡੀਆਂ ਸਾਰੀਆਂ ਉੱਥੇ ਰੁਕਾਰ ਦਿੱਤੀਆਂ ਗਈਆਂ ਸੀ ਉਹ ਫਿਰ ਬੀਬੀ ਜੀ ਕਹਿਣ ਲੱਗੇ ਸੀ ਜਿਆਦਾ ਅਗਲਾ ਤੀਸਰਾ ਦਿਨ ਹੋਇਆ ਸੀਗਾ ਤੇ ਦੋ ਦਿਨ ਜਿਹੜੇ ਉਹਨਾਂ ਨੇ ਫालतੂ ਜਿਹੜੇ ਸੀ ਅਰਦਾਸ ਕਰਕੇ ਲੈ ਸੀਗੇ ਅਸੀਂ ਦੋ ਦਿਨ ਹੋਰ ਉੱਥੇ ਰਹਿਾਂਗੇ ਪਰ ਜਿਹੜੇ ਰਸਤੇ ਬਲੌਕ ਹੋਏ ਸੀ ਉਹਨਾਂ ਵਿੱਚ ਹੀ ਘਿਰ ਗਏ ਸੀ ਤੇ ਉਹਨਾਂ ਦੀ 10 ਵਜੇ ਰਾਤ ਨੂੰ ਗੱਡੀ ਦੀ ਵੀ ਟਿਕਟ ਸੀ ਤੇ ਮਨ ਦੇ ਵਿੱਚ ਇਹ ਵੀ ਅੰਦਰ ਖਦਸ਼ਾ ਹੋ ਗਿਆ ਸੀਗਾ ਕਿ ਅਗਰ ਇਸ ਤਰ੍ਹਾਂ ਹੀ ਰਹੇ ਰਹੇ ਤਾਂ ਸਾਡੀ ਜਿਹੜੀ ਟ੍ਰੇਨ ਆ ਉਹ ਰਿਸ਼ੀ ਕਿਸਤੋਂ ਜਿਹੜੀ ਚੱਲਦੀ ਆ ਉਹ ਵੀ ਮਿਸ ਹੋ ਜਾਊਗੀ ਤੇ ਕਹਿੰਦੇ ਇਹ ਸੋਚ ਵਿਚਾਰ ਕਰਕੇ ਫਿਰ ਮਨ ਦੇ ਵਿੱਚ ਫੁਰਨਾ ਆਇਆ ਕਿ ਸਾਨੂੰ ਇਹ ਜੋ ਚੋਪੀ ਸਬ ਦੇ ਪੰਜ ਪਾਠ ਆ ਹਨ ਇਹ ਕਰਨੇ ਚਾਹੀਦੇ ਆ ਇੰਦੇ ਕਿਉਂਕਿ ਉਹਦੇ ਵਿੱਚੋਂ ਚਾਰ ਪੰਜ ਜਿਹੜੇ ਸਿੰਘ ਸੀ ਬਾਕੀ ਜ਼ਿਆਦਾ ਜਿਹੜੇ ਸੀ ਉਹ Hindu ਯਾਤਰੀ ਉਹਦੇ ਵਿੱਚ ਸਫ਼ਰ ਕਰ ਰਹੇ ਸੀ ਇਸ ਯਾਤਰਾ ਦੇ ਵਿੱਚ ਕਹਿੰਦੇ ਅਸੀਂ ਸਾਰਿਆਂ ਨੂੰ ਕਿਹਾ ਕਿ ਆਓ ਸਾਰੀ ਸੰਗਤ ਜਿਹੜੀ ਹੈ ਸੰਗਤ ਰੂਪ ਦੇ ਹੋ ਕੇ ਪੰਜ ਪੰਜ ਪਾਠ ਚੌਪਈ ਸਭ ਦੇ ਕਰੀਏ ਅਗਰ ਜਿਹਨੂੰ ਚੌਪਈ ਸਭ ਦੀ ਬਾਣੀ ਨਹੀਂ ਆਉਂਦੀ ਉਹ ਇਸ ਨੂੰ ਸਰਵਣ ਕਰੇ ਕਹਿੰਦੇ ਅਸੀਂ ਇਸ ਤਰ੍ਹਾਂ ਹੀ ਕੀਤੀ ਸਾਰੇ ਜਿਹੜੇ ਸੀ ਉਹ ਖੁਸ਼ ਹੋ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਇਹ ਇੱਕ ਇਥੋਂ ਯਾਤਰਾ ਦੇ ਵਿੱਚੋਂ ਨਿਕਣ ਦੀ ਜੋ ਕਲਗੀਧਰ ਮਹਾਰਾਜ ਤੇ ਮਹਾਪੁਰਖਾਂ ਦੀ ਨੇ ਸਾਨੂੰ ਇਹ ਜੁਕਤ ਦੱਸੀ ਹੈ ਕਿ ਜਦੋਂ ਵੀ ਕੋਈ ਇਨਸਾਨ ਕਿਸੇ ਨਾ ਕਿਸੇ ਭੀੜ ਦੇ ਵਿੱਚ ਆ ਜਾਵੇ ਤਾਂ ਉਸ ਨੂੰ ਚੌਪਈ ਸਾਹਿਬ ਦੇ ਪਟੋਕਟ ਪੰਜ ਪਾਠ ਜ਼ਰੂਰ ਕਰਨੇ ਚਾਹੀਦੇ ਆ। ਸੋ ਬੀਬੀ ਜੀ ਕਹਿੰਦੇ ਸੀ ਵੀ ਅਸੀਂ ਹਨਾ ਪੰਜ ਪਾਠ ਫਿਰ ਚੌਪਈ ਸਾਹਿਬ ਦੇ ਕੀਤੇ ਜਿਨ੍ਹਾਂ ਹਿੰਦੂ ਵੀਰਾਂ ਨੂੰ ਚੌਪਈ ਸਾਹਿਬ ਦੀ ਬਾਣੀ ਨਹੀਂ ਸੀ ਵੀ ਆਉਂਦੀ ਉਹਨੇ ਵੀ ਸਾਡਾ ਪੂਰੀ ਤਰ੍ਹਾਂ ਜਿਹੜਾ ਸੀ ਉਹ ਸਾਥ ਦਿੱਤਾ ਉਹਨਾਂ ਨੇ ਚੌਂਕੜੇ ਲਾ ਕੇ ਜਿਹੜੀ ਸੀ ਇਹ ਬਾਣੀ ਇਹ ਸਰਵਣ ਕੀਤੀ। ਪੰਜ ਪਾਠ ਚੌਪਈ ਸਾਹਿਬ ਦੇ ਕਰਕੇ ਕਹਿੰਦੇ ਜਦੋਂ ਫਿਰ ਅਸੀਂ ਅਰਦਾਸ ਕੀਤੀ ਤੇ ਸਾਨੂੰ ਕਹਿੰਦੇ ਮੁਰ ਸੁਨੇਹਾ ਆ ਗਿਆ ਕਿ ਭਾਈ ਜਿਹੜਾ ਰਸਤਾ ਹੈਗਾ ਇਹ ਕੁਛ ਟਾਈਮ ਲਈ ਖੁੱਲ ਗਿਆ ਹੈ ਤੇ ਕਿੰਦੇ ਉਹਦੇ ਵਿੱਚੋਂ ਫਿਰ ਅਸੀਂ ਜਿਹੜੇ ਸੀਗੇ ਉਹ ਐਨ ਪੂਰੇ ਰੇਲ ਗੱਡੀ ਜਿਹੜੀ 10 ਵਜੇ ਦਾ ਟਾਈਮ ਸੀਗਾ ਉਹ ਤੋਂ ਅੱਧਾ ਘੰਟਾ ਪਹਿਲਾਂ ਸਟੇਸ਼ਨ ਤੇ ਪਹੁੰਚ ਗਏ ਸੀ ਭਾਗ ਕੀ ਸੀ ਜਿਹੜਾ ਬਲੌਕ ਹੋਇਆ ਰਸਤਾ ਸੀ ਨਾ ਕਿੰਦੇ ਉਹ ਖੁੱਲ ਗਿਆ ਸੀਗਾ ਇਹ ਚੋ ਪੇਸਾਬ ਦੀ ਬਾਣੀ ਦੀ ਐਸੀ ਜਿਹੜੀ ਹੈ ਇਹ ਮੈਮਾ ਹੈ ਸੋ ਦਾਸ ਦੀ ਆਪਣੀ ਵੀ ਇੱਕ ਹੱਡ ਬੀਤੀ ਅੱਜ ਪਹਿਲੀ ਵਾਰ ਸੰਗਤਾਂ ਦੇ ਨਾਲ ਦਾ ਸਾਂਝੀ ਕਰਨਾ ਚਾਹੁੰਦਾ ਹੈਗਾ ਕਿ ਇਸ ਬਾਣੀ ਦੇ ਪਿੱਛੇ ਬਹੁਤ ਗਹਿਰਾ ਰਾਜ ਸੁਪਿਆ ਹੈ ਇੱਕ ਵਾਰ ਦਾਸ ਵੀ ਜਦੋਂ ਦੁਬਈ ਜਾਨੀ ਕਿ ਆਪਣੇ ਰਹਿੰਦਾ ਹੁੰਦਾ ਸੀਗਾ ਉਹਨਾਂ ਸਮਿਆਂ ਦੇ ਵਿੱਚ ਜਦ ਛੁੱਟੀਆਂ ਦਾ 2-3 ਦਿਨ ਦਾ ਪ੍ਰੋਗਰਾਮ ਬਣਿਆ ਤੇ ਦਾਸ ਕਿਸੇ ਸੱਜਣ ਨੂੰ ਮਿਲ ਲਈ ਜਦ ਸੜਕ ਦੇ ਉੱਤੇ ਖੜਾ ਹੋ ਗਏ ਟੈਕਸੀ ਵਗੈਰਾ ਦਾ ਜਦੋਂ ਬੇਟ ਕਰ ਰਿਹਾ ਸੀਗਾ ਤੇ ਪਰ ਕਿਉਂ ਛੁੱਟੀਆਂ ਹੋਣ ਕਰਕੇ ਟੈਕਸੀਆਂ ਜਿਹੜੀਆਂ ਸੀਗੀਆਂ ਉਹ ਆਮ ਮਿਲ ਨਹੀਂ ਸੀ ਰਹੀਆਂ ਇਹਨਾਂ ਦੀ ਬੁਕਿੰਗ ਜਿਹੜੀ ਸੀ ਬਹੁਤ ਜ਼ਿਆਦਾ ਹੋ ਗਈ ਸੀਗੀ ਦਾਸ ਨੇ ਦੇਖਿਆ ਕਿ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਸੜਕਾਂ ਦੇ ਮੇਨ ਸੜਕਾਂ ਦੇ ਉੱਤੇ ਆ ਕੇ ਖੜੇ ਆ ਤੇ ਟਰਾਲਿਆਂ ਦੀ ਵੇਟ ਕਰ ਰਹੇ ਆ ਤਾਂ ਜੋ ਕੋ ਕਿਸੇ ਨੂੰ ਕੋਈ ਨਾ ਕੋਈ ਜਿਹੜਾ ਹੈਗਾ ਵਾਹਨ ਮਿਲ ਜਵੇ ਤੋ ਆਪਣੇ ਸਹੀ ਟਿਕਾਣੇ ਤੇ ਪਹੁੰਚ ਸਕੇ ਸੋ ਦਾਸ ਵੀ ਜਿਹੜਾ ਸੀ ਆਪਣੇ ਨਿੱਜ ਰੂਮ ਦੇ ਵਿੱਚੋਂ ਤਕਰੀਬਨ 6 ਵਜੇ ਤੁਰਿਆ ਸੀਗਾ ਪਰ 4 ਘੰਟੇ ਸੜਕ ਤੇ ਖੜੇ ਖੜੇ ਅੜਿੱਕੇ ਦੇ ਅੜਿੱਕੇ ਦੇ ਜਿਹੜਾ ਸੀ ਕੋਈ ਵੀ ਦਾਸ ਦਾ ਸਾਧਨ ਨਹੀਂ ਸੀ ਬਣਿਆ ਕਿ ਦਾਸ ਜਿਹੜਾ ਸੀ ਉਹ ਟਾਈਮ ਸਿਰ ਪਹੁੰਚ ਸਕੇ ਜਦ 10 ਵੱਜ ਗਏ ਉਸ ਟਾਈਮ ਦੇ ਤੇ ਮਨ ਦੇ ਵਿੱਚ ਬੜੀ ਨਿਰਾਸ਼ਾ ਹੋਈ ਤੇ ਮਨ 'ਚ ਇਹ ਫੈਸਲਾ ਕੀਤਾ ਕਿ ਚਲੋ ਹੁਣ ਬੌਫਸ ਚਲੇ ਚੱਲਦੇ ਹਾਂ ਕਿਉਂਕਿ ਜਾਨ ਵਾਸਤੇ ਕੋਈ ਸਾਧਨ ਨਹੀਂ ਬਣਦਾ ਹੈਗਾ 10 ਦੇ ਹਜੇ ਮਨ 'ਚ ਵਿਚਾਰ ਹੀ ਆਇਆ ਸੀ ਜਿਉਂ ਹੀ 10 ਤੁਰਨ ਲੱਗਾ ਤੇ ਜੱਕ ਦਾ ਮਨ 'ਚ ਫੁਰਨਾ ਬਣਿਆ ਕਿ ਭਾਈ ਤੋਸਤਾਂ ਕਰ ਪੰਜ ਪਾਠ ਚੋਪਈ ਸਭ ਦੇ ਕਰ ਦਾਸ ਨੇ ਖੜੇ ਖੜੇ ਫਿਰ ਉਸ ਟਾਈਮ ਇਹ ਜੋ ਅੰਦਰੋਂ ਆਵਾਜ਼ ਜਿਹੜੀ ਸੀ ਉਹ ਫੁਰਨੇ ਦੇ ਰੂਪ ਦੇ ਵਿੱਚ ਫੁਰ ਗਈ ਤੇ ਦਾਸ ਨੇ ਉੱਥੇ ਖੜੇ ਖੜੇ ਪੰਜ ਪਾਠ ਚੋਂ ਪਈ ਸਾਬ ਦੇ ਕੀਤੇ ਜਦ ਪਹਿਲਾ ਇੱਕ ਚੌਪਈ ਸਾਬ ਦਾ ਪਾਠ ਕੀਤਾ ਕਿ ਖੜਗ ਕੇਤ ਮੈਂ ਸ਼ਨ ਤੇ ਹਾਰੀ ਆਪ ਹਾ ਦੇ ਲਿਓ ਵਾਰੀ ਇੱਥੇ ਤੱਕ ਫਿਰ ਦੂਸਰਾ ਕੀਤਾ ਫਿਰ ਤੀਸਰਾ ਕੀਤਾ ਫਿਰ ਚੌਥਾ ਕੀਤਾ ਜਦ ਪੰਜਵਾਂ ਪਾਠ ਕੀਤਾ ਹਨ ਚਾਰ ਪਾਠਾਂ ਵਿੱਚ ਤਾਂ ਕੋਈ ਫੁਰਨਾ ਨਹੀਂ ਬਣਿਆ ਜਦ ਪੰਜਵਾਂ ਪਾਠ ਕਰਦੇ ਕਰਦੇ ਅਖੀਰ ਜਿਹੜੇ ਸੀ ਦਾਸ ਆਖਰੀ ਪੰਕਤੀਆਂ ਉੱਤੇ ਪਹੁੰਚਿਆ। ਉਸ ਟਾਈਮ ਮਨ ਦੇ ਵਿੱਚ ਇੱਕ ਖਿੱਚ ਬਣੀ ਕਿ ਜਦੋਂ ਇਹ ਪਾਠ ਸੰਪੂਰਨ ਹੋਵੇ ਤਾਂ ਮੇਰੇ ਮੋਰੇ ਜਿਹੜਾ ਸੀ ਉਹ ਟਰਾਲਾ ਆ ਕੇ ਖੜ ਜਵੇ ਤੇ ਮੈਂ ਉਹਦੇ 'ਤੇ ਬੈਠ ਜਾਵਾਂ। ਇਹ ਮਨ ਦੇ ਵਿੱਚ ਵਿਚਾਰ ਆਪਣੇ ਆਪ ਹੀ ਫੁਰਗੀ ਪਰ ਜੋ ਹੀ ਦਾਸ ਨੇ ਖੜ ਕੇ ਕੇਤ ਮੈਂ ਛੱਣ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬਠੌਰ ਮੈਂ ਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਜੋ ਇਹ ਪੰਕਤੀ ਪੜੀ ਤੇ ਦਾਸ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਦਾਸ ਅੱਖਾਂ ਖੋਲ ਕੇ ਛੜਕ ਬੁੱਲ ਦੇਖੇ ਪਰ ਜਿਉਂ ਹੀ ਦਾਸ ਨੇ ਜਿਹੜੀਆਂ ਸੀ ਉਹ ਅੱਖਾਂ ਖੋਲਣ ਦਾ ਯਤਨ ਕੀਤਾ ਤਾਂ ਅੱਖਾਂ ਦੇ ਵਿੱਚ ਕਿਸੇ ਵਿਅਕਤੀ ਦੀਆਂ ਆਵਾਜ਼ਾਂ ਦਾਸ ਦੇ ਕੰਨਾਂ ਵਿੱਚ ਪਈਆਂ ਜਦ ਦਾਸ ਨੇ ਜਿਹੜੀਆਂ ਅੱਖਾਂ ਖੋਲ ਕੇ ਤੱਕਿਆ ਤਾਂ ਕੀ ਦੇਖਿਆ ਕਿ ਇੱਕ ਟਰਾਲੇ ਵਾਲਾ ਸਰਦਾਰ ਬਿਲਕੁਲ ਮੇਰੇ ਸਾਹਮਣੇ ਖੜਾ ਹੋ ਕੇ ਮੈਨੂੰ ਉੱਚੀ-ਉੱਚੀ ਪੁਕਾਰ ਰਿਹਾ ਸੀ ਔਰ ਮੈਨੂੰ ਇਹ ਵੀ ਕਹਿ ਰਿਹਾ ਸੀਗਾ ਕਿ ਮੈਂ ਬਹੁਤ ਢੇਰ ਤੋਂ ਤੁਹਾਨੂੰ ਬੁਜਾ ਮਾਰ ਰਿਹਾ ਹਾਂ ਕਿ ਤੁਸੀਂ ਮੇਰੀ ਆਵਾਜ਼ ਨਹੀਂ ਸੁਣਦੇ ਕਿਉਂਕਿ ਮੇਨ ਰੋਡ ਦੇ ਉੱਤੇ ਜਿਹੜਾ ਟਰਾਲਾ ਖੜਾ ਕਰਨਾ ਹਨਾ ਇਹ ਵੀ ਇੱਕ ਗੈਰ ਕਾਨੂੰਨੀ ਹੈ ਉਸ ਡਿਲੀਵਰੀ ਵਾਸਤੇ ਪਰ ਉਹ ਸਦਭਾਵਨਾ ਕਰਕੇ ਉਸ ਟਰੱਕ ਡਰਾਈਵਰ ਨੇ ਜਿਹੜਾ ਟਰਾਲਾ ਸੀਗਾ ਉਹ ਰੋਡ ਤੋਂ ਇੱਕ ਸਾਈਡ ਤੇ ਖੜਾ ਕਰ ਦਿੱਤਾ ਸੀਗਾ ਪਰ ਮੈਨੂੰ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰ ਕੇ ਪੁਕਾਰ ਰਿਹਾ ਸੀਗਾ ਕਿ ਜਲਦੀ आओ ਆ ਕੇ ਟਰਾਲੇ ਵਿੱਚ ਬੈਠ ਜਾਓ ਪਰ ਦਾਸ ਨੇ ਇਹ ਜਿਹੜੀ ਸੀ ਪ੍ਰਤੱਖ ਘਟਨਾ ਜੋ ਦਾਸ ਨਾਲ ਹੋਈ ਸੀਗੀ ਦਾਸ ਉਸੇ ਟਾਈਮ ਹੀ ਫਿਰ ਉਸ ਟਰਾਲੇ ਵਿੱਚ ਬੈਠ ਗਿਆ ਤੇ ਫਿਰ ਉਹਦੇ ਨਾਲ ਹੀ ਫਿਰ ਦਾ ਜਿਹੜਾ ਸੀਗਾ ਆਪਣੇ ਸੱਜਣ ਮਿੱਤਰ ਦੇ ਪਾਸ ਚਲੇ ਗਿਆ ਪਰ ਰਸਤੇ ਦੇ ਵਿੱਚ ਫਿਰ ਉਹ ਉਸ ਟਰਾਲੀ ਡਰਾਈਵ ਨੇ ਦਾਸ ਨੂੰ ਦੱਸਿਆ ਕਿ ਮੈਂ ਤੁਹਾਨੂੰ ਕਾਫੀ ਡੇਟ ਤੋਂ ਆਵਾਜ਼ਾਂ ਮਾਰ ਰਿਹਾ ਹਾਂ ਪਰ ਤੁਹਾਨੂੰ ਕੋਈ ਵੀ ਬਾਜ਼ ਮੇਰੀ ਸੁਣ ਨਹੀਂ ਰਹੀ ਸੀ ਤੇ ਪਰ ਦਾਸ ਨੇ ਦੇਖਿਆ ਕਿ ਇਹ ਬਾਕਿਆ ਹੀ ਇਹ ਇੱਕ ਅਚਾਰਜ ਕਮਾਲ ਜੋ ਉਹਨਾਂ ਦੇ ਅੰਦਰੋਂ ਫੁਰਿਆ ਕਿ ਭਾਈ ਪੰਜ ਪੱਠ ਚੌਪਈ ਸਾਹਿਬ ਦੇ ਘਰ ਤੇ ਮੈਂ ਦਾਸ ਨੇ ਪੰਜ ਪੱਠ ਚੌਪਈ ਸਾਹਿਬ ਦੇ ਕੀਤੇ ਸੀ ਤੇ ਆਖਰ ਦੇ ਵਿੱਚ ਫੁਰਨਾ ਬਣਿਆ ਸੀਗਾ ਕਿ ਜੂ ਹੀ ਅੱਖਾਂ ਖੋਲਣਾ ਤੇ ਸਾਹਮਣੇ ਮੇਰੇ ਜਿਹੜਾ ਸੀ ਉਹ ਟਰਾਲਾ ਖੜਾ ਹੋਵੇ ਪਾਰੋ ਟਰਾਲਾ ਦਾ ਪਹਿਲਾ ਹੀ ਖੜਾ ਸੀਗਾ ਜਿਹਦੇ ਬਾਰੇ ਦਾਸ ਨੂੰ ਕੋਈ ਖਬਰ ਨਹੀਂ ਸੀਗੀ ਸੋ ਫਿਰ ਉਹ ਵੀਰ ਜਿਹੜਾ ਸੀਗਾ ਟਰਾਲੇ ਦਾ ਬੜਾ ਸਰਦਾਰ ਡਰਾਈਵਰ ਫਿਰ ਉਹ ਮੈਂ ਦਾਸ ਜਦ ਉਸ ਨੂੰ ਪੁੱਛਿਆ ਕਿ ਤੁਸੀਂ ਕਿਸ ਜਗ੍ਹਾ ਜਾਣਾ ਹੈ ਉਸਨੇ ਪੁੱਛਿਆ ਤੁਸੀਂ ਮੇਰਾ ਛੱਡੋ ਤੁਸੀਂ ਆਪ ਦੱਸੋ ਤੁਸੀਂ ਕਿਸ ਜਗ੍ਹਾ ਪਹੁੰਚਣਾ ਹੈ ਜਦੋਂ ਦਾਸ ਨੇ ਆਪਣਾ ਉਹ ਟਿਕਾਣਾ ਦੱਸਿਆ ਉਸਨੇ ਕਿਹਾ ਕਿ ਮੈਂ ਤੁਹਾਨੂੰ ਅੱਟ ਤੁਹਾਡੇ ਅਸਲ ਟਿਕਾਣੇ ਤੇ ਛੱਡ ਕੇ ਆਵਾਂਗਾ ਚਾਹੇ ਉਹ ਟਰਾਲੇ ਡਰਾਈਵਰ ਨੇ ਕਿਸੇ ਹੋਰ ਦੂਰ ਜਾਣਾ ਸੀਗਾ ਪਰ ਮੈਨੂੰ ਜਿਹੜਾ ਸੀ ਉਹ ਸਹੀ ਟਿਕਾਣੇ ਜਿੱਥੇ ਉਨੇ ਕੋਸ਼ਿਸ਼ ਕੀਤੀ ਕਿ ਉਹ ਘਟੋ ਘਟ ਬੋਝ ਨਜ਼ਦੀਕ ਹੋ ਕੇ ਤੁਹਾਨੂੰ ਉਤਾਰ ਦੇਵੇ ਤੇ ਉਹ ਜਿਹੜਾ ਟਰਨਲ ਡਰਾਈਵਰ ਸੀ ਉਹ ਤਾ ਕੇ ਚਲਾ ਗਿਆ ਸੀ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਯਾਤਰਾ ਦੇ ਦੌਰਾਨ ਜਿਹੜੀਆਂ ਚੌਪੇ ਸਾਹਿਬ ਦੀ ਬਾਣੀ ਦੀਆਂ ਜਿਹੜੀਆਂ ਪੰਜ ਪਾਠ ਕਰਨੇ ਬੜੇ ਜ਼ਰੂਰੀ ਆ ਇਸ ਪਾਠ ਕਰਨ ਦੇ ਨਾਲ ਪਹਿਲਾ ਤੇ ਗੱਲ ਇਹ ਕਿ ਰਸਤੇ ਵਿੱਚ ਕੋਈ ਵਿਗੜ ਨਹੀਂ ਆਊਗਾ ਅਗਰ ਵਿਗੜ ਆ ਵੀ ਜਾਵੇ ਤਾਂ ਆਪਣੇ ਆਪ ਹੀ ਜਿਹੜਾ ਹੈਗਾ ਉਹ ਟਲ ਜਾਂਦਾ ਹੈ ਇਸ ਬਾਣੀ ਦੀ ਜਿਹੜੀ ਇਨੀ अहमियत ਹੈ ਬਾਕੀ ਜੋ ਦਰ ਘਟਨਾਵਾਂ ਵਗੈਰਾ ਇਹਨਾਂ ਦਾ ਕੋਈ ਖਦਸ਼ਾ ਨਹੀਂ رہ ਜਾਏਗਾ ਕਿ ਰਸਤੇ ਵਿੱਚ ਇਸ ਤਰ੍ਹਾਂ ਹੋ ਜਾਏਗਾ ਕਿਉਂਕਿ ਚੌਪਈ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਬੇਨਤੀ ਹੈ ਇਹ ਅਰਦਾਸ ਹੈ ਇਹ ਮਨ ਵਿੱਚੋਂ ਨਿਕਲੇ ਕਲਗੀਧਰ ਮਹਾਰਾ ਦੇ ਚਰਨਾਂ ਦੇ ਵਿੱਚ ਜੋ ਮਨ ਦੀ ਜੋ ਬੇਨਤੀ ਹੈ ਕਿ ਪੂਰਨ ਹੋਏ ਚਿਤ ਦੀ ਇੱਛਾ ਇਹਦੇ ਉੱਤੇ ਜ਼ੋਰ ਦਿੱਤਾ ਗਿਆ ਹੈਗਾ ਤੇ ਯਾਤਰਾ ਦੇ ਦੌਰਾਨ ਵਿੱਚ ਇੱਛਾ ਇਹ ਹੁੰਦੀ ਆ ਕਿ ਜਿਹੜੀ ਯਾਤਰਾ ਹੈਗੀ ਉਹ ਸਹੀ ਸਲਾਮਤ ਜਿਹੜਾ ਹੈ ਉਹ ਪ੍ਰਾਣੀ ਕਰਕੇ ਆਪਣੇ ਅਸਲ ਟਿਕਾਣੇ ਉੱਤੇ ਪਹੁੰਚ ਜਵੇ ਸੋ ਇੱਕ ਬੀਬੀ ਨੇ ਇਹ ਵੀ ਵਿਚਾਰ ਸਾਂਝੇ ਕੀਤੇ ਸੀ ਕਿ ਇੱਕ ਵਾਰ ਜਦੋਂ ਉਸ ਦੇ ਜਿਹੜੀ ਉਹ ਵੱਡਾ ਲੜਕਾ ਸੀਗਾ ਤੇ ਉਹ ਤੇ ਉਹਦੀ ਜੋ ਨੌ ਸੀਗੀ ਉਹਨਾਂ ਨੇ ਜਾਨੀ ਸਲਾਹ ਕੀਤੀ ਕਿ ਅਸੀਂ ਅੱਜ ਜਿਹੜਾ ਹੈਗਾ ਚੋਪਈ ਸਭ ਦੇ ਪਾਠ ਕਰਨੇ ਆ ਪਰ ਕਿਉਂਕਿ ਚੌਪੇਸ ਸਾਹਿਬ ਦੀ ਮਮਾ ਤੋਂ ਉਹ ਬੀਬੀ ਜੀ ਪਹਿਲਾਂ ਹੀ ਜਾਣੂ ਸੀਗੇ ਸੋ ਉਸਨੇ ਉਹ ਦੱਸਦੇ ਸੀ ਕਿ ਅਸੀਂ ਮਨ ਚ ਬੇਨਤੀ ਕੀਤੀ ਕਿ ਇਹ ਜਿਹੜੇ ਪਾਠ ਆ ਸੱਚੇ ਪਾਤਸ਼ਾਹ ਕੋਈ ਐਸੀ ਵਿਧ ਬਣਾ ਕਿ ਇਹ ਪਾਠ ਮੈਂ ਤੇ ਮੇਰਾ ਪਰਿਵਾਰ ਰੋਜ਼ ਕਰਨ ਕਿੰਨੇ ਇਸ ਤਰ੍ਹਾਂ ਹੋਈ ਜਦ ਕਹਿੰਦੇ ਕੁਦਰਤ ਨੇ ਕੱਲ ਕੀ ਧਰਮ ਮਰਜ ਨੇ ਕੋਈ ਐਸੀ ਵਿਧ ਬਣਾਈ ਕਿ ਜਦੋਂ ਉਹਨਾਂ ਦਾ ਲੜਕਾ ਸਵੇਰੇ ਜਿਹੜਾ ਸੀਗਾ ਉਹ ਆਪਣੀ ਡਿਊਟੀ ਤੇ ਜਾਣ ਲੱਗਾ ਤੇ ਉਹਦੀ ਜਿਹੜੀ ਕਾਰ ਸੀਗੀ ਜਿਹਦੇ ਵਿੱਚ ਡਿਊਟੀ ਤੇ ਜਾਂਦਾ ਸੀਗਾ ਉਹ ਆਟੋਮੈਟਿਕ ਹੀ ਬੰਦ ਹੋ ਗਈ ਉਸਨੇ ਬਥੇਰਾ ਅਜਤਨ ਕੀਤਾ ਪਰ ਕਾਰ ਜਿਹੜੀ ਸੀ ਉਹ ਸਟਾਰਟ ਨਹੀਂ ਹੋਈ ਉਸਨੇ ਫੇਰ ਦੁਬਾਰਾ ਜਿਹੜਾ ਸੀਗਾ ਮਕੈਨਿਕ ਨੂੰ ਫੋਨ ਕਰ ਦਿੱਤਾ ਕਿ ਆ ਕੇ ਜਿਹੜੀ ਉਹ ਮੇਰੀ ਗੱਡੀ ਸਟਾਰਟ ਨਹੀਂ ਹੋ ਰਹੀ ਤੇ ਤੁਸੀਂ ਜਾ ਕੇ ਮੇਰੀ ਗੱਡੀ ਨੂੰ ਚੈੱਕ ਕਰੋ ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਕੰਮ ਆਏ ਡਿਊਟੀ ਉੱਤੇ ਜਾਣਾ ਜਿਹੜਾ ਹੁੰਦਾ ਉਹ ਬੜਾ ਜ਼ਰੂਰੀ ਹੈ ਕਿ ਡਿਊਟੀ ਤੋਂ ਲੇਟ ਹੋ ਜਵੇ ਤਾਂ ਫੇਰ ਜਿਹੜਾ ਇਨਸਾਨ ਹੈ ਉਹ ਵੈਸੇ ਹੀ ਗੈਰ ਹਾਜ਼ਰ ਸਮਝਿਆ ਜਾਂਦਾ ਹੈਗਾ ਫਿਰ ਕਿੰਡੇ ਜਦੋਂ ਮਕੈਨਿਕ ਨੂੰ ਫੋਨ ਕੀਤਾ ਤਾਂ ਮਕੈਨਿਕ ਦੇ ਆਉਣ ਦੇ ਵਿੱਚ ਟਾਈਮ ਸੀ ਵੈਸੇ ਵੀ ਮਕੈਨਿਕ ਜਿਹੜਾ ਸੀ ਆਉਣ ਜਾਣ ਦਾ ਜਿਹੜਾ ਉਹ 100 ਡਾਲਰ ਤਾਂ ਲੈ ਹੀ ਲੈਂਦਾ ਸੀਗਾ ਪਰ ਕਿੰਡੇ ਜਦੋਂ ਮੈਂ ਆਪਣੇ ਲੜਕੇ ਦੇ ਕੋਲ ਗਈ ਤਾਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਚੋਪਈ ਸਾਬ ਦੇ ਪਾਠ ਕਰੋ ਕਿੰਡੇ ਜਦੋਂ ਮੇਰੀ ਨੌ ਨੇ ਤੇ ਦੂਸਰੇ ਨੇ ਮੰਨ ਕੇ ਚੋਪਈ ਸਾਬ ਦੇ ਪਾਠ ਕੀਤੇ ਤਾਂ ਮੇਰਾ ਲੜਕਾ ਜਿਹੜਾ ਸੀ ਗੱਡੀ ਵਿੱਚ ਬੈਠਾ ਮਕੈਨਿਕ ਨੂੰ ਉਡੀਕ ਰਿਹਾ ਸੀਗਾ ਜਦੋਂ ਪੰਜ ਚੋਪਈ ਸਾਬ ਦੇ ਪਾਠ ਪੂਰੇ ਹੋ ਗਏ ਕਿੰਦੇ ਮੈਂ ਆਪਣੇ ਬੇਟੇ ਨੂੰ ਆਖਿਆ ਕਿ ਤੁਸੀਂ ਜਿਹੜੀ ਹੈ ਗੱਡੀ ਸਟਾਰਟ ਕਰੋ ਤੇ ਮੇਰਾ ਬੇਟਾ ਕਹਿਣ ਲੱਗਾ ਕਿ ਜਿਹੜਾ ਹੈ ਮਕੈਨਿਕ ਆ ਰਿਹਾ ਹੈਗਾ ਮੈਂ ਉਹਨੂੰ ਫੋਨ ਕੀਤਾ ਹੈਗਾ ਉਹ ਆਪ ਆਪ ਹੀ ਆ ਕੇ ਗੱਡੀ ਚੈੱਕ ਕਰੇਗਾ ਤਾਂ ਦੇਖੇਗਾ ਇਹਦੇ ਵਿੱਚ ਕੀ ਨੁਕਸ ਹੈ ਕਿੰਦੇ ਫਿਰ ਵੀ ਮੈਂ ਉਸਨੂੰ ਆਖਿਆ ਚਲੋ ਠੀਕ ਹੈ ਜੇ ਮੈਂ ਗੱਡੀ ਚਲਾਉਣੀ ਨਹੀਂ ਜਾਣਦੀ ਤਾਂ ਫਿਰ ਮੈਂ ਇਸ ਤਰ੍ਹਾਂ ਕਰਦੀ ਆ ਕਿ ਆ ਜਿਹੜੀ ਚਾਬੀ ਆ ਨਾ ਇਹਨੂੰ ਜੋ ਗੱਡੀ ਵਿੱਚ ਲਾਈ ਹੁੰਦੀ ਹੈ ਇਹਨੂੰ ਮੈਂ ਘੁਮਾ ਕੇ ਦੇਖ ਲੈਂਦੀ ਆ ਕਿ ਗੱਡੀ ਸਟਾਰਟ ਹੁੰਦੀ ਜਾਂ ਨਹੀਂ ਪਰ ਕਹਿੰਦੇ ਮੇਰੇ ਲੜਕੇ ਨੇ ਕਿਹਾ ਚਲੋ ਠੀਕ ਹੈ ਅਗਰ ਤੁਸੀਂ ਇਸ ਤਰ੍ਹਾਂ ਕਹਿੰਦੀ ਹੈ ਤਾਂ ਤੁਸੀਂ ਆਪ ਹੀ ਦੇਖ ਲਓ ਕਿਉਂਕਿ ਮੈਂ ਤਾਂ ਕਾਫੀ ਡੇਰ ਦਾ ਇਸ ਗੱਡੀ ਦੇ ਦਿਵਾਰੇ ਲੱਗਾ ਹੈ ਪਰ ਮੇਰੇ ਕਰਕੇ ਗੱਡੀ ਇਹ ਸਟਾਰਟ ਨਹੀਂ ਹੁੰਦੀ ਪਰ ਉਹ ਬੀਬੀ ਜੀ ਕਹਿੰਦੇ ਸੀ ਕਹਿੰਦੀ ਜ्यों ਹੀ ਮੈਂ ਜਿਹੜੀ ਗੱਡੀ ਨੂੰ ਚਾਬੀ ਲਾਈ ਜਦੋਂ ਚਾਬੀ ਲਾ ਕੇ ਇਸ ਤਰ੍ਹਾਂ ਹਲਕੇ ਜਿਹਾ ਕਮਾਈ ਤੇ ਗੱਡੀ ਆਪਣੇ ਆਪ ਹੀ ਸਟਾਰਟ ਹੋ ਗਈ ਇਹ ਜਿਹੜੀ ਸੀ ਪ੍ਰਤੱਖ ਕਲਾ ਦੇਖ ਕੇ ਕਿੰਨੀ ਮੇਰਾ ਲੜਕਾ ਤੇ ਮੇਰੀ ਜਿਹੜੀ ਨੋ ਸੀ ਕਹਿੰਦੇ ਬੜੇ ਹੱਕੇ ਬੱਕੇ ਹੋਏ ਉਸ ਤੋਂ ਬਾਅਦ ਉਹਨਾਂ ਨੇ ਨਾਮ ਕਰ ਲੈ ਕੇ ਅਸੀਂ ਜਿਹੜੇ ਚੋਪਈ ਸਬਦ ਦੇ ਜਿਹੜੇ ਆ ਜ਼ਰੂਰ ਪਾਠ ਕਰਿਆ ਕਰਾਂਗੇ ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਚੋਪਈ ਸਬਦ ਦੀ ਬਾਣੀ ਹੈ ਇਹ ਬੱਚੇ ਤੋਂ ਲੈ ਕੇ ਜਾਨੀ ਹਰੇਕ ਇਨਸਾਨ ਨੂੰ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਹ ਜੋ ਬਾਣੀ ਹੈ ਇਹ ਹਰ ਸਮੇਂ ਹਰ ਤੈਮ ਉਸ ਪਿਆਰੇ ਦੀ ਰੱਖਿਆ ਕਰਦੀ ਹੈ ਜਿਹੜੇ ਜਿਹੜੇ ਪਿਆਰੇ ਚੋਪਈ ਸਾਹਿਬ ਦਾ ਪਾਠ ਕਰਦੇ ਆ ਔਰ ਇਥੋਂ ਤੱਕ ਵੀ ਜਾਣੀ ਕਿ ਜੋ ਵੀ ਆੜਵਾੜੇ ਦੀਆਂ ਜਿਹੜੀਆਂ ਹੈ ਬਦਰੂਹਾਂ ਹੈ ਉਹਨਾਂ ਦਾ ਵੀ ਜਿਹੜਾ ਹੈਗਾ ਜੋ ਚੋਪਈ ਸਾਹਿਬ ਦੇ ਪਾਠ ਕਰਦੇ ਉਹਨਾਂ ਉਤੇ ਕਿਸੇ ਕਿਸਮ ਦਾ ਕੋਈ ਵੀ ਅਸਰ ਨਹੀਂ ਹੁੰਦਾ ਕਿਉਂਕਿ ਇਹ ਬਾਣੀ ਜਿਹੜੀ ਹੈ ਉਹ ਰੱਖਿਆ ਦੇ ਰੂਪ ਦੇ ਵਿੱਚ ਚੱਲਦੀ ਹੈ ਤੇ ਹਮਰੀ ਕੋ ਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਜਿਹੜੀ ਚਿੱਤ ਦੀ ਇੱਛਾ ਹੈਗੀ ਆ ਉਹ ਇਸ ਬਾਣੀ ਦੇ ਨਾਲ ਪੂਰੀ ਹੋ ਜਾਂਦੀ ਹੈ ਇੱਥੋਂ ਤੱਕ ਕਿ ਜਿੰਨੇ ਵੀ ਫਾੜ ਕਲਗੀ ਧਰਮ ਮਹਾਰਾਜ ਨੇ ਇਹਦੇ ਵਿੱਚ ਦੱਸਿਓ ਆ ਇਹ ਸਾਰੇ ਹੀ ਅਕਲ ਨੂੰ 당 ਕਰਨ ਵਾਲੇ ਆ ਕਿ ਕਿਵੇਂ ਜਿਹੜਾ ਗੁੰਗਾ ਹੈਗਾ ਜਿਹੜਾ ਬੋਲ ਵੀ ਨਹੀਂ ਸਕਦਾ ਉਹ ਉਹਨੂੰ ਵੀ ਅਗਰ ਚੋਪਈ ਸਾਹਿਬ ਦੀ ਬਾਣੀ ਆਪਾਂ ਸੁਣਾ ਦਈਏ ਤੇ ਉਹਦੀ ਵੀ ਰਸਨਾ ਜਿਹੜੀ ਹੈ ਆਪਣੇ ਆਪ ਚੱਲਣ ਲੱਗ ਪੈਂਦੀ ਆ ਤੇ ਅੱਗੇ ਮਾਰੇ ਕਹਿੰਦੇ ਕਹਿੰਦੇ ਸੋਨੇ ਮੂਰ ਤੇ ਤਲਾਈ ਚਤਰਤਾ ਵੀ ਅਗਰ ਮੂਰਖ ਸੁਣ ਲਵੇ ਤੇ ਕਹਿੰਦੇ ਉਹਨੂੰ ਵਿਵੇਕ ਬੁੱਧ ਆ ਜਾਂਦੀ ਆ ਇਥੋਂ ਤੱਕ ਕਹਿੰਦੇ ਦੁੱਖ ਦਰਦ ਪਾਉਣ ਨਿਕਟਣਾ ਤੈਨ ਨਰਕੇ ਰਹੇ ਕਹਿੰਦੇ ਦੁੱਖ ਦਰਦ ਤੇ ਭੈ ਉਹਨਾਂ ਦੇ ਨੇੜੇ ਨਹੀਂ ਰਹਿੰਦੇ ਹੋ ਜੋ ਜਾਂ ਕਿ ਇੱਕ ਵਾਰ ਚੁਪਈ ਕੋ ਕਹ ਜਿਹੜਾ ਚੁਪਈ ਦੀ ਬਾਣੀ ਨੂੰ ਬੜੇ ਹੀ ਜਿਹੜੇ ਹੈ ਉਹ ਪ੍ਰੇਮ ਤੇ ਸਤਕਾਰ ਦੇ ਨਾਲ ਪੜਦਾ ਹੈ ਉਹ ਇਹਨਾਂ ਸਾਰਿਆਂ ਬਿਗਨਾਂ ਨੂੰ ਜਿਹੜਾ ਹੈਗਾ ਉਹ ਆਪਣੇ ਪੈਰਾਂ ਦੇ ਥੱਲੇ ਮਸਲ ਦਿੰਦਾ ਹੈ ਭਾਵ ਕਿ ਕੋਈ ਵੀ ਬਿਗਨ ਜਿਹੜਾ ਹੈਗਾ ਉਹਦੇ ਪਰਛਾਵੇਂ ਨੂੰ ਨਹੀਂ ਲੱਗ ਸਕਦਾ ਇਸ ਕਰਕੇ ਚੋਪੀ ਸਬ ਦੀ ਬਾਣੀ ਜਿਹੜੀ ਹੈ ਜਿੰਨੀ ਵੀ ਕੋਈ ਪੜ ਲਵੇ ਉਹ ਨਹੀਂ ਇਹਦਾ ਫਲ ਵੱਧ ਜਾਂਦਾ ਹੈ ਜਿਵੇਂ ਦਾਸ ਦੇ ਇੱਕ ਸਿੰਘ ਹੁੰਦੇ ਸੀ ਦਾਸ ਜੀ ਨੇ ਦੇਖਿਆ ਕਿ ਉਹ ਜਰੂਰ ਘਟੋ-ਘਟ ਨਹੀਂ ਤੇ ਜਿਹੜੇ ਸੀ 106 ਚੌਪਈ ਸਾਹਿਬ ਦੇ ਕਰਦੇ ਹੁੰਦੇ ਸੀ ਤੇ ਇਸ ਤਰ੍ਹਾਂ ਜਿੰਨੇ ਵੀ ਸਿੰਘ ਹੈ ਜਿੰਨੇ ਵੀ ਵੱਧ ਤੋਂ ਵੱਟ ਚੌਪਈ ਸਾਬ ਦੀ ਬਾਣੀ ਦੇ ਪਾਠ ਕਰਨਗੇ ਕਿਉਂਕਿ ਕਲਯੁਗ ਦੇ ਸਮੇਂ ਵਿੱਚ ਚੌਪਈ ਸਾਬ ਦੀ ਬਾਣੀ ਦੇ ਪਾਠ ਕਰਨ ਦੇ ਨਾਲ ਜਿਹੜੀ ਹੈ ਹੋਰ ਵੀ ਰੱਖਿਆ ਜਿਹੜੀ ਹੈ ਉਹ ਬਹੁਤ ਵੱਧ ਜਾਂਦੀ ਹੈ ਇਸ ਕਰਕੇ ਚੌਪਈ ਸਾਬ ਦੀ ਬਾਣੀ ਜਿਹੜੀ ਹੈਗੀ ਆ ਇਹ ਹਰ ਬਿਮਾਰੀ ਦਾ ਇਲਾਜ ਹੈ ਇਥੋਂ ਤੱਕ ਮਰ ਜੇ ਨੇ ਇਥੋਂ ਵੀ ਆਕੇ ਕਿਰਪਾ ਦ੍ਰਿਸ਼ਟ ਤਨ ਜਾਇ ਨਹਰੋ ਤਾਂ ਕਿ ਤਾਪ ਤਨ ਕਮ ਹਰੋ ਕਿ ਕਿੰਨਾ ਵੀ ਕੋਈ ਬੰਦਾ ਜਿਹੜਾ ਬਿਮਾਰ ਹੋਵੇ ਕੁਛ ਹੋਵੇ ਉਹਦੇ ਉੱਤੇ ਜਦੋਂ ਚੋਪੀ ਸਾਬ ਦੀ ਬਾਣੀ ਕਿਰਪਾ ਕਰਦੀ ਹੈ ਤੇ ਉਹਦੇ ਜਿਹੜੇ ਤਾਪ ਸੰਤਾਪ ਆ ਹਨ ਉਹ ਇੱਕ ਛੇਣ ਦੇ ਵਿੱਚ ਦੂਰ ਹੋ ਜਾਂਦੇ ਆ ਦੱਸੋ ਕਿੰਨੇ ਮਹੀਨੇ ਆ ਜਾਂ ਸਾਲਾਂ ਦੀ ਗੱਲ ਨਹੀਂ ਹੈ ਇੱਕ ਛੇਣ ਦੇ ਵਿੱਚ ਦੂਰ ਹੋ ਜਾਂਦੇ ਆ ਭਾਵ ਕਿ ਜਿਉਂ-ਜਿਉਂ ਅਸੀਂ ਚੋਪੀ ਸਾਬ ਦੀ ਬਾਣੀ ਨੂੰ ਖੋਲਦੇ ਆ ਤੇ ਇਹਦੀ ਜਿਹੜੀ ਮਹਿਮਾ ਹੈ ਇਹ ਅਪਰੰਪਾਰ ਜਿਹੜੀ ਹੈ ਉਹ ਹੋ ਹੀ ਜਾਂਦੀ ਹੈ ਸੋ ਇਸ ਬਾਣੀ ਦਾ ਜਿਹੜਾ ਪੜਨਾ ਹੈ ਮੇਨ ਮੇਨ ਦੇ ਨਾਲ ਨੇਮ ਦੇ ਨਾਲ ਸਤਕਾਰ ਦੇ ਨਾਲ ਪਿਆਰ ਦੇ ਨਾਲ ਇਹ ਬਹੁਤ ਹੀ ਭਾਰਾ ਜਿਹੜਾ ਹੈ ਉਹ ਬਖਸ਼ਿਸ਼ ਦਾ ਜੋ ਹੈ ਉਹ ਪਰਮੇਸ਼ਰ ਦਾ ਪੱਤਰ ਬਣ ਜਾਂਦਾ ਹੈ ਸੋ ਐਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜੱਜਕ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ